ਫੈਡਰਲ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ PPE ਰਿਜ਼ਰਵ ਕਾਇਮ, ਲੋਕ ਖਰੀਦ ਸਕਣਗੇ ਡਿਸਇਨਫੈਕਟੈਂਟ ਵਾਈਪਸ ਤੇ ਨਾਨ ਮੈਡੀਕਲ ਮਾਸਕ। ਅਗਲੀ ਅਹਿਮ ਖਬਰ ਦਾ ਰੁਖ ਕਰ ਲੈਂਦੇ ਹਾਂ। ਫੈਡਰਲ ਸਰਕਾਰ ਦੇ ਵੱਲੋਂ ਨਵਾਂ PPE ਰਿਜ਼ਰਵ ਯਾਨੀ ਨਵਾਂ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਕਾਇਮ ਕੀਤਾ ਜਾ ਰਿਹਾ ਹੈ, ਜਿੱਥੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਡਿਸਇਨਫੈਕਟੈਂਟ ਵਾਈਪਸ ਅਤੇ ਨਾਨ ਮੈਡੀਕਲ ਮਾਸਕ ਆਦਿ ਖਰੀਦ ਸਕਣਗੇ। ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਮੰਤਰੀ ਅਨੀਤਾ ਆਨੰਦ ਦੇ ਆਫਿਸ ਦੇ ਬੁਲਾਰੇ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅਸੈਂਸ਼ੀਅਲ ਸਰਵਿਸਿਜ਼ ਕੰਟਨਜੈਂਸੀ ਰਿਜ਼ਰਵ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਇਹ ਸ਼ੁਰੂ ਹੋ ਜਾਏਗਾ। ਅਨੀਤਾ ਆਨੰਦ ਦੇ ਵੱਲੋਂ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਰਿਜ਼ਰਵ ਨੂੰ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਇਹ ਲੋੜੀਂਦੀਆਂ ਸਪਲਾਈਜ਼ ਤੇ ਇਕਿਉਪਮੈਂਟ ਦੇ ਲਈ ਅਰਜ਼ੀ ਰਿਜ਼ਰਵ ਹੈ, ਜਿਸ ਨੂੰ ਅਸੈਂਸ਼ੀਅਲ ਸਰਵਿਸਿਜ਼ ਸੈਕਟਰ ਕਿਤੇ ਹੋਰ ਉਪਲਬਧ ਨਾ ਹੋਣ ਦੀ ਸੂਰਤ ਦੇ ਵਿੱਚ ਇੱਥੋਂ ਖਰੀਦ ਸਕਣਗੇ। ਹਾਲਾਂਕਿ PPE ਸਾਜੋ ਸਮਾਨ ਜੋ ਹੈ ਉਹ ਪਹਿਲਾਂ ਵੀ ਫਰੰਟ ਲਾਈਨ ਹੈਲਥ ਕੇਅਰ ਵਰਕਰਸ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਤਾਜ਼ਾ ਸਪਲਾਈ ਹੈਲਥ ਕੇਅਰ ਸਿਸਟਮ ਤੋਂ ਵੀ ਅੱਗੇ ਲੋੜੀਂਦੀਆਂ ਸੇਵਾਵਾਂ ਦੇਣ ਵਾਲਿਆਂ ਨੂੰ ਮੁਹੱਈਆ ਕਰਵਾਏ ਜਾਣ ਉੱਤੇ ਕੇਂਦਰਿਤ ਹੈ। ਗਰੋਸਰੀ ਸਟੋਰਸ, ਫਾਰਮੇਸੀਜ਼ ਐਂਡ ਮੈਂਟੇਨੈਂਸ ਤੋਂ ਇਲਾਵਾ ਹੋਰ ਸੇਵਾਵਾਂ ਦੇ ਵਿੱਚ ਸ਼ਾਮਿਲ ਲੋਕ ਵੀ ਇਸ ਸਪਲਾਈ ਜੋ ਹੈ ਉਹ ਲੈ ਸਕਣਗੇ। ਇਹ ਆਰਗਨਾਈਜੇਸ਼ਨ ਅਤੇ ਐਸੋਸੀਏਸ਼ਨਸ ਆਨਲਾਈਨ ਅਪਲਾਈ ਕਰ ਸਕਦੀਆਂ ਨੇ ਅਤੇ ਜੇ ਉਹਨਾਂ ਨੂੰ ਯੋਗ ਪਾਇਆ ਜਾਂਦਾ ਹੈ ਤਾਂ ਉਹ ਕੀਮਤ ਅਦਾ ਕਰਕੇ PPE ਖਰੀਦ ਸਕਦੀਆਂ ਨੇ। ਇਸ ਰਿਜ਼ਰਵ ਦੇ ਵਿੱਚ PPE KN95 ਰੈਸਪੀਰੇਟਰਸ, ਸਰਜੀਕਲ ਮਾਸਕ, ਨਾਨ ਮੈਡੀਕਲ ਕੱਪੜੇ, ਡਿਸਪੋਜ਼ੇਬਲ ਮਾਸਕ, ਗਾਊਨਸ, ਫੇਸ ਸ਼ੀਲਡਸ, ਹੈਂਡ ਸੈਨੇਟਾਈਜ਼ਰ, ਡਿਸਇਨਫੈਕਟੈਂਟ ਵਾਈਪਸ ਅਤੇ ਗਲਵਜ਼ ਆਦਿ ਸ਼ਾਮਿਲ ਨੇ। ਇਹਨਾਂ ਦੇ ਵਿੱਚੋਂ ਕੁਝ PPE ਸਹਾਇਤਾ ਪਹਿਲਾਂ ਹੀ ਫਰੰਟਲਾਈਨ ਸਿਹਤ ਦੇਖਭਾਲ ਕਰਨ ਵਾਲਿਆਂ ਦੇ ਲਈ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ, ਫਾਰਮੇਸੀਆਂ ਅਤੇ ਰੱਖ ਰਖਾਵ ਦੇ ਵਿੱਚ ਕੰਮ ਕਰਨ ਵਾਲੇ ਕਈ ਲੋਕ ਸ਼ਾਮਿਲ ਨੇ, ਜੋ ਪਬਲਿਕ ਸੇਫਟੀ ਕੈਨੇਡਾ ਨੇ ਆਪਣੀ ਵੈਬਸਾਈਟ 'ਤੇ ਜ਼ਰੂਰੀ ਜਿਨ੍ਹਾਂ ਨੂੰ ਦੱਸਿਆ ਹੈ। 14 ਜੁਲਾਈ ਤੱਕ ਸਰਕਾਰ ਨੂੰ 176,500 ਸਰਜੀਕਲ ਮਾਸਕ, 56,188,305 ਜੋੜੇ ਦਸਤਾਨੇ ਅਤੇ 367 ਵੈਂਟੀਲੇਟਰ ਪ੍ਰਾਪਤ ਹੋਏ ਨੇ। ਕੈਨੇਡਾ ਨੇ 11,177,690 ਲੀਟਰ ਹੈਂਡ ਸੈਨੇਟਾਈਜ਼ਰ, 9,173,576 ਗਾਊਨ ਅਤੇ 27,87,841 ਫੇਸ ਸ਼ੀਲਡ ਅਤੇ 22,665,310 N95 ਫੇਸ ਮਾਸਕ ਜੋ ਹੈ ਉਹ ਪ੍ਰਾਪਤ ਕੀਤੇ ਨੇ। ਇਹ ਖਰੀਦ ਜਨਵਰੀ ਦੇ ਵਿੱਚ ਸ਼ੁਰੂ ਹੋਈ ਸੀ ਅਤੇ ਹਰੇਕ ਉਤਪਾਦ ਦੇ ਹਜ਼ਾਰਾਂ ਹੋਰਾਂ ਨੂੰ ਵੀ ਇਹ ਆਰਡਰ ਕੀਤਾ ਗਿਆ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।